ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ ਸੱਤ। ਅੱਜ ਦੇ ਸਟੂਡੀਓ ਸੱਤ ਵਿੱਚ ਮਨਜੀਤ ਸਿੰਘ ਰਾਜਪੁਰਾ ਤੁਹਾਨੂੰ ਸੁਣਾਉਣ ਜਾ ਰਹੇ ਨੇ ਇੱਕ ਕਹਾਣੀ ਜਿਸ ਦਾ ਨਾਂ ਹੈ ਚੁਸਤ ਜੱਟ। ਲੈ ਵੀ ਇੱਕ ਵਾਰੀ ਕੀ ਬਾਤ ਹੈ, ਇੱਕ ਬਾਹਮਣ ਤਾਂ ਇੱਕ ਜੱਟ। ਬਾਹਮਣ ਨੂੰ ਜੱਟ ਕਹਾ ਵੀ ਮੇਰਾ ਵਿਆਹ ਕਦ ਹੋਏਗਾ। ਬਾਹਮਣ ਨੂੰ ਕਹਾ ਵੀ ਤੇਰਾ ਵਿਆਹ ਤਾਂ ਹੋਇਆ ਵਾ। ਕਹਾ ਕਿਸੇ ਪਿੰਡ ਦੇ ਵਿੱਚ ਨਾ ਤੇਰੀ ਬਹੂ ਔਰ ਉਸਕੀ ਗੋਦੀ ਮੁੰਡਾ ਖੇਲਾਂ, ਚੱਲ ਕਹਾ ਉਹਨੂੰ ਲੈਣ ਚਲੇ। ਲੈ ਵੀ ਉਹ ਦੋਵੇਂ ਜਣੇ ਚੱਲ ਪਏ। ਅੱਗੇ ਜਾ ਕੇ ਦੇਖਿਆ ਇੱਕ ਤੀਵੀਂ ਨਾ ਕੂਏ ਪਰ ਪਾਣੀ ਭਰ ਰਹੀ ਤੀ। ਬਾਹਮਣ ਜੱਟ ਨੂੰ ਕਹਾ ਉਹੀ ਤੇਰੀ ਬਹੂ ਹੈ। ਜੱਟ ਕਹਿ ਰਿਹਾ ਬਾਤ ਤਾਂ ਤੇਰੀ ਸੱਚੀ ਹੈ। ਬਾਹਮਣ ਆਪ ਤਾਂ ਭੱਜ ਗਿਆ, ਜੱਟ ਉੱਥੀ ਰਹਿ ਗਿਆ। ਤੀਵੀਂ ਪਾਣੀ ਦਾ ਘੜਾ ਭਰ ਕੇ ਘਰਾਂ ਨੂੰ ਤੁਰ ਪਈ। ਜੱਟ ਵੀ ਉਸਕੇ ਗੈਲ ਗੈਲ ਘਰਾਂ ਚਲੇ ਗਿਆ ਔਰ ਮੰਜੇ ਪਰ ਜਾ ਕੇ ਬੈਠ ਗਿਆ। ਬਾਹਰ ਦੇ ਤੀਵੀਂ ਦਾ ਘਰ ਵਾਲਾ ਆ ਗਿਆ। ਉਹ ਆ ਕੇ ਆਪਣੀ ਬਹੂ ਨੂੰ ਕੁੱਟਣ ਲੱਗਿਆ। ਜਿਹੜਾ ਪ੍ਰਾਹੁਣਾ ਬਣਿਆ ਜੱਟ ਦਾ, ਉਹ ਉਸ ਜੱਟ ਨੂੰ ਕੁੱਟਣ ਲੱਗ ਪਿਆ। ਜਿਹੜਾ ਪਹਿਲਾਂ ਕੁੱਟਣ ਲੱਗਿਆ ਤਾ, ਉਹ ਕਹਿ ਰਿਹਾ ਚੱਲ ਵੀ ਠਾਣੇ। ਦੂਆ ਗਾ ਚੱਲ ਠਾਣੇ। ਦੋਵੇਂ ਠਾਣੇ ਨੂੰ ਤੁਰ ਪਏ। ਪਹਿਲਾ ਜੱਟ ਕਹਾ ਵੀ ਠਾਣੇ ਮੈਂ ਤਾਂ ਆਪਾਂ ਨੇ ਜਾਣਾ ਹੀ ਹੈ, ਕਹਾ ਪਹਿਲਾਂ ਸਿਰ ਨੂੰ ਤੇਲ ਲਾ ਲੈ। ਉਹ ਦੋਵੇਂ ਨਾ ਤੇਲੀ ਕੇ ਘਰਾਂ ਚਲੇ ਜਾ। ਪ੍ਰਾਹੁਣਾ ਜੱਟ ਜਾ ਕੇ ਕਹਾ ਵੀ ਆਨੇ ਕਾ ਤੇਲ ਦੇ ਦੇ। ਤੇਲੀ ਕਹਾ ਕਾਰਤ। ਜਾ ਉਹਨੇ ਹੱਥ ਕਰਿਆ, ਤੇਲੀ ਦੇ ਤੇਲ ਤਲਾ ਡੁੱਲ ਗਿਆ। ਤੇਲੀ ਕਹਾ ਲੈ ਵੀ ਤੇਰੀ ਬਲਾ ਗਈ। ਜੱਟ ਕੇ ਪਾਸ ਤੀ ਸਲੰਘ। ਜੱਟ ਨੇ ਸਾਰੇ ਤੇਲੀ ਦੇ ਕੁੱਪੇ ਮੁੱਦੇ ਕਰਤੇ। ਲੈ ਕਹਾ ਤੇਰੀ ਵੀ ਬਲਾ ਗਈ। ਜੱਟ ਕਹਾ ਲੈ ਵੀ ਤਿੰਨ ਹਮੇ ਚੌਥਾ ਤੋਂ ਚੱਲ ਠਾਣਾ। ਚਾਰੇ ਤੁਰ ਪਏ। ਰਸਤੇ ਮੈਂ ਰੋਹੀ ਤੀ, ਉਸਕੇ ਵਿੱਚ ਬੈਠੀ ਇੱਕ ਬੁੜੀ ਚਰਖਾ ਕਾਤਰੀ ਦੀ। ਬੁੜੀ ਕਹਾ ਕਿੱਥੇ ਨੂੰ ਚਲੇ ਬਈ ਥਵੇਂ? ਜੱਟ ਕਹਾ ਲੰਕਾ ਨੂੰ। ਬੁੜੀ ਕਹਾ ਵੀ ਲੰਕਾ ਕਹੇ ਜੀ ਹੈ? ਜੱਟ ਨੇ ਝੁੱਗੀ ਦੇ ਉੱਪਰ ਚਰਖਾ ਰੱਖ ਕੇ ਅੱਗ ਲਾ ਦੀ। ਅੱਗ ਬਹੁਤ ਬਲਣ ਲੱਗ ਪਈ। ਜੱਟ ਚਰਖਾ ਘੁਮਾਉਣ ਲੱਗ ਗਿਆ। ਕਹਾ ਜੱਟ ਕਹਿ ਰਿਹਾ ਮਾਈ ਨੂੰ, ਕਹਾ ਮਾਈ ਤਰ੍ਹਾਂ ਲੱਗੀ ਦੀ ਕਹਾ ਲੰਕਾ ਨੂੰ ਅੱਗ। ਅੱਗੇ ਬੁੜੀ ਕਹਾ ਦਾਦੇ ਮੰਗਾਉਣਿਆ ਮੈਂ ਵੀ ਥਾਣੇ ਮੈਂ ਜਾਵਾਂਗੀ। ਤੋ ਜੱਟ ਕਹਾ ਚੱਲ ਮਾਈ ਚਾਰ ਹਮੇ ਪੰਜਵੀਂ ਤਾਂ ਹੋ ਗਈ। ਲੈ ਵੀ ਪੰਜੇ ਜਣੇ ਸ਼ਹਿਰ ਮੈਂ ਪਹੁੰਚ ਗਏ। ਜੱਟ ਨੇ ਹੱਟੀ ਪਰ ਤੇ ਦੋ ਪੈਸੇ ਗਏ ਰੋੜੀਆਂ ਲੈ ਲਈਆਂ। ਗਾਹਾਂ ਸਿਪਾਹੀ ਖੜਿਆ ਤਾ। ਸਿਪਾਹੀ ਕਹਾ ਮੇਰੀ ਵੀ ਮਾੜੀ ਜਿਹੀ ਅੱਖ ਚੋਬਦੀ। ਜੱਟ ਨੇ ਸਲੰਘ ਮਾਰ ਕੇ ਸਿਪਾਹੀ ਦੀ ਅੱਖ ਕਾਣੀ ਕਰਤੀ। ਸਿਪਾਹੀ ਕਹਾ ਚੱਲ ਠਾਣੇ। ਜੱਟ ਕਹਾ ਪੰਜ ਹਮੇ ਛੇਵਾਂ ਤੋਂ ਚਲਿਆ ਚੱਲ। ਛੇ ਜਣੇ ਬਈ ਠਾਣੇ ਮੈਂ ਚਲੇ ਗਏ। ਪਹਿਲਾਂ ਸਿਪਾਹੀ ਬੁਲਾ ਲਿਆ। ਥਾਣੇਦਾਰ ਕਹਾ ਵੀ ਕਿਆ ਬਾਤ ਹੈ? ਜੱਟ ਕਹਾ ਜੀ ਸਿਪਾਹੀ ਨੇ ਮੈਨੂੰ ਕਿਹਾ ਵੀ ਮੇਰੀ ਮਾੜੀ ਜਿਹੀ ਅੱਖ ਚੋਬਦੀ। ਮੈਂ ਕਹਾ ਸਲੰਘ ਕਰੀ ਸੀ ਅੱਖ ਕਾਣੀ ਕਰਤੀ। ਜੱਟ ਉਸ ਮਾਂ ਦੇ ਬਰੀ ਹੋ ਗਿਆ। ਥਾਣੇਦਾਰ ਨੇ ਫਿਰ ਬੁੜੀ ਬੁਲਾਈ ਵੀ ਮਾਈ ਕਿਆ ਬਾਤ ਹੈ? ਮਾਈ ਕਹਿ ਰਹੀ ਕਹਿੰਦੇ ਤੁਰੇ ਤੁਰੇ ਜਾ ਰਹੇ ਤੇ। ਮੈਂ ਇਹਨੂੰ ਕਿਹਾ ਵੀ ਕਿੱਥੇ ਜਾ ਰਹੇ ਨੇ? ਕਹਾ ਲੰਕਾ ਨੂੰ ਜਾ ਰਹੇ। ਮੈਂ ਪੁੱਛਿਆ ਵੀ ਲੰਕਾ ਕਿਹੋ ਜਿਹੀ ਹੈ? ਕਹਾ ਜੱਟ ਨੇ ਚਰਖਾ ਰੱਖ ਕੇ ਝੁੱਗੀ ਨੂੰ ਅੱਗ ਲਾ ਦੀ। ਜਦ ਜਲ ਗਈ ਚਰਖਾ ਘੁਮਾਉਣ ਲੱਗ ਗਿਆ ਔਰ ਕਹਾ ਇਸ ਤਰ੍ਹਾਂ ਲੱਗੀ ਦੀ ਲੰਕਾ ਨੂੰ ਅੱਗ। ਜੱਟ ਵੀ ਇਸ ਮਤੇ ਬਰੀ ਹੋ ਗਿਆ। ਫਿਰ ਤੇਲੀ ਬੁਲਾ ਲਿਆ। ਤੇਲੀ ਨੂੰ ਠਾਣੇਦਾਰ ਕਹਾ ਵੀ ਕਿਆ ਬਾਤ ਹੈ? ਤੇਲੀ ਕਹਾ ਵੀ ਇਹਨੇ ਮੇਰੇ 'ਤੇ ਆਨੇ ਕਾ ਤੇਲ ਮੰਗਿਆ ਤਾ, ਕਹਾ ਮੇਰੇ 'ਤੇ ਡੁੱਲ ਗਿਆ। ਮੈਂ ਕਿਹਾ ਤੇਰੀ ਬੁਲਾ ਗਈ। ਕਹਾ ਜੱਟ ਨੇ ਸਾਰੇ ਕੁੱਪੇ ਡੋਲਦੇ, ਕਹਾ ਤੇਰੀ ਬੁਲਾ ਗਈ। ਜੱਟ ਨੂੰ ਬਈ ਥਾਣੇਦਾਰ ਨੇ ਉਸ ਮਤੇ ਬਰੀ ਕਰ ਦਿਆ। ਥਾਣੇਦਾਰ ਨੇ ਫਿਰ ਦੋਵੇਂ ਜੱਟ ਔਰ ਤੀਵੀਂ ਬੁਲਾ ਲਈ। ਦੋਵਾਂ ਨੇ ਤੀਵੀਂ ਪਰ ਆਪਣਾ ਹੱਕ ਜਿਤਾਇਆ। ਥਾਣੇਦਾਰ ਕਹਾ ਵੀ ਤੀਵੀਂ ਤਾਂ ਉਸਕੀ ਹੈ ਜਿਸ ਪਾ ਕਹਾ ਮੁੰਡਾ ਜਾਵੇਗਾ। ਜੱਟ ਨੇ ਛੋਕਰੇ ਨੂੰ ਰਿਉੜੀਆਂ ਦਿਖਾ ਦੀਆਂ।
ਮੁੰਡਾ ਲਾਲਚ ਗੱਲ ਜੱਟ ਬਚ ਲਿਆ ਗਿਆ। ਥਾਣੇਦਾਰ ਨੇ ਜਿਸ ਜੱਟ ਨੂੰ ਤੀਵੀਂ ਸਭਾ ਦੀ, ਜੱਟ ਤੀਵੀਂ ਅਰਸ਼ੋਗਰ ਲੈ ਕੇ ਆਪਣੇ ਘਰ ਨੂੰ ਚਲੇ ਗਿਆ।